ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਫਰ। ਜਿਵੇਂ ਕਿ ਤੁਹਾਡਾ ਵੀਰ ਮੁਹੰਮਦ ਜਾਫਰ ਔਰ ਮੁਹੰਮਦ ਨਦੀਮ ਦਿੱਲੀ ਦੀ ਨਿਸਬਤ ਤੇ ਮੁਖਤਲਿਫ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਨੇ। ਅੱਜ ਦੀ ਵੀਡੀਓ ਦੋਸਤੋ ਮਾਸ਼ਾਅੱਲਾ ਬਹੁਤ ਹੀ ਲਾਜਵਾਬ ਮੱਝ ਵਾਰਾ ਤਕਰੀਬਨ ਦੂਸਰਾ। ਸਾਰੀ ਗੱਲਬਾਤ ਮਾਲੂਮਾਤ ਮਾਲਕਾਂ ਦੀ ਜ਼ਬਾਨੀ ਲੈ ਕੇ ਦੇਵਾਂਗੇ। ਮੱਝ ਮਾਸ਼ਾਅੱਲਾ ਨਵੀਂ ਗਰਾਮੀ ਗਰਾਣੇ ਕਰਦੀ ਏ। ਦੋਸਤਾਂ ਨੇ ਵੇਖਣੇ, ਅੱਲਾਹ ਦੇ ਹੁਕਮ ਨਾਲ ਦਿਲ ਰਾਜ਼ੀ ਹੋਏਗਾ। ਕੈਮਰਾਮੈਨ ਮੱਝ ਨੂੰ ਨਜ਼ਰ ਵਗਵਾਏਗਾ ਮੱਝਾਂ ਦੇ ਵਾਨੇ। ਪੰਡਾਂ ਦੇ ਵੀ ਵੇਖਦੇ ਹੋ, ਪਰ ਇੰਝ ਦੀ ਵਾਨੇ ਦੀ ਖੂਬਸੂਰਤੀ ਔਰ ਇੰਝ ਦੇ ਥਣ ਤੁਸੀਂ ਨਹੀਂ ਵੇਖੇ ਹੋਣੇ। ਕੈਮਰਾਮੈਨ ਮੱਝ ਨੂੰ ਨਜ਼ਰ ਵਗਵਾਉਣੀ ਹੈ। ਮੱਝ ਦਾ ਸਭ ਤੋਂ ਪਹਿਲਾਂ ਵਾਨਾ ਵਿਖਾਉਣਾ ਹੈ। ਮਾਸ਼ਾਅੱਲਾ ਦੋਸਤੋ ਤਸੱਲੀਆਂ ਕਰ ਲੈਣੀਆਂ ਨੇ, ਬਿਲਕੁਲ ਬਰਾਬਰ ਮਾਸ਼ਾਅੱਲਾ ਲੈਵਲ 'ਚ ਮੱਝ ਖੜੀ ਹੈ। ਕੋਈ ਨੀਵੀਂ ਉੱਚੀ ਵਾਲਾ ਚੱਕਰ ਨਹੀਂ। ਅੱਗੋਂ ਮੱਝ ਖੂਹ ਦੇ ਵਿੱਚ ਨਹੀਂ ਸੱਟੀ ਹੋਈ, ਕੋਈ ਬੰਦਾ ਅੱਗੇ ਨਹੀਂ ਬਿਠਾਇਆ ਹੋਇਆ ਬੱਠਲ ਦੇ ਕੇ ਕਿ ਜਿਹੜਾ ਮੱਝ ਨੂੰ ਲਾਲਚ ਲਾ ਰੱਖੇ ਅਤੇ ਮੱਝ ਅੱਗੂ ਖੂਹ 'ਚ ਹੋਵੇ ਅਤੇ ਪਿੱਛੂ ਕਿੱਥੇ ਹੋਵੇ ਅਤੇ ਵਾਨਾ ਵਿਖਾਇਆ ਜਾਵੇ। ਇਹ ਦੋ ਨੰਬਰੀ ਵਾਲਾ ਸਿਸਟਮ ਤੁਹਾਡਾ ਵੀਰ ਮੁਹੰਮਦ ਜਾਫਰ ਨਾ ਹੀ ਕਰਦਾ ਤਾਂ ਨਾ ਹੀ ਕਰਨ ਦਿੰਦਾ। ਅੱਜ ਤੱਕ ਇਨਸ਼ਾਅੱਲਾ ਇਵੇਂ ਦਾ ਕੋਈ ਸੀਨ ਨਹੀਂ ਹੋਇਆ। ਓਰੀਜਨਲ ਵੀਡੀਓ ਹੁੰਦੀ ਹੈ, ਕੋਈ ਟੈਕਨੀਕਲ ਤਰੀਕਾ ਨਹੀਂ ਹੁੰਦਾ ਅਤੇ ਜੈਨੂਅਨ ਸਾਰਾ ਕੰਮ ਹੁੰਦਾ। ਇੱਥੇ ਤਸੱਲੀਆਂ ਕਰ ਲੈਣੀਆਂ ਨੇ ਕਿ ਮੱਝ ਮਾਸ਼ਾਅੱਲਾ ਬਰਾਬਰ ਖੜੀਏ, ਪੂਰੇ ਲੈਵਲ 'ਚ ਖੜੀਏ। ਮੱਝ ਨੂੰ ਸਵਾ ਸਵਾ ਫੁੱਟ ਮਾਸ਼ਾਅੱਲਾ ਵਾਨਾ ਚੌੜਾ ਔਰ ਅਗਾਂ ਦੁਨੀ ਤੱਕ ਕੇ ਪਿੱਛਾ ਮੱਝ ਸੂ ਦੇ ਡੋਡੇ ਨੂੰ ਟੱਚ ਕੀਤੀ ਫਿਰਦੀ ਹੈ। ਇੱਥੇ ਤਸੱਲੀਆਂ ਕਰ ਲੈਣੀਆਂ ਨੇ, ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ। ਕੋਈ ਉਹ ਕਦੇ ਸ਼ੱਕ ਸ਼ੁਬੇ ਵਾਲਾ ਕੰਮ ਹੀ ਨਹੀਂ ਕੀਤਾ। ਮਾਸ਼ਾਅੱਲਾ ਤਸੱਲੀਆਂ ਦੋਸਤਾਂ ਨੇ ਖੁਦ ਕਰ ਲੈਣੀਆਂ ਨੇ। ਕਿਆ ਬਾਤ ਹੈ, ਨੀਲੇ ਦੇ ਬਟਨ ਵੀ ਮੱਝ ਨੂੰ ਬੜੇ ਪਿਆਰੇ ਔਰ ਖੂਬਸੂਰਤ ਲੱਗੇ ਨੇ। ਕੈਮਰਾਮੈਨ ਨਜ਼ਦੀਕ ਹੋ ਕੇ ਤਸੱਲੀਆਂ ਕਰਵਾਏਗਾ। ਮਾਸ਼ਾਅੱਲਾ ਇਹ ਵੇਖਣਾ, ਉਵੇਂ ਮੱਝ ਨੂੰ ਮਾਸ਼ਾਅੱਲਾ ਪੂਰੀ ਮੁੱਠ ਮੁੱਠ ਦਾ ਥਾਣੇ ਲਾਟੂਆਂ ਵਰਗਾ ਥਣ ਮੱਝ ਨੂੰ ਬੜੇ ਪਿਆਰੇ ਖੂਬਸੂਰਤ ਇੰਝ ਨੇ ਜਿਵੇਂ ਥਾਲੇ 'ਚ ਲੱਡੂ ਰੱਖੇ ਪੈਂਦੇ ਨੇ। ਇੱਡੇ ਮਾਸ਼ਾਅੱਲਾ ਪਿਆਰੇ ਔਰ ਖੂਬਸੂਰਤ ਪਤਲੀ ਸਿੰਘੀ ਮੋੜ ਕੇ ਸਿੰਘੀਆਂ ਤਕਰੀਬਨ ਥੋੜ੍ਹੀਆਂ ਉੱਤੋਂ ਪੱਟੀਆਂ ਹੋਈਆਂ ਨੇ, ਬਾਕੀ ਖੂਬਸੂਰਤੀ ਸਿੰਘੀਆਂ ਦੀ ਮਾਸ਼ਾਅੱਲਾ ਪੂਰੀ ਕਿ ਸਿੰਘ ਪਤਲਾ ਔਰ ਮੋੜ ਕੇ ਵਿੱਚ ਬਿਲਕੁਲ ਕਾਠਾਂ ਦੇ ਸੈਂਟਰ ਦੇ। ਇੱਥੇ ਤਸੱਲੀ ਕਰ ਲੈਣੀ ਹੈ, ਇਹਦੇ ਵਿੱਚ ਕੋਈ ਦੋ ਰਾਏ ਦੋ ਨੰਬਰੀ ਨਹੀਂ ਹੈ। ਮਾਸ਼ਾਅੱਲਾ ਖੁੱਤੀ ਠੱਪੀ ਹੋਈ ਮੱਝ ਨੂੰ ਸਿੰਘ ਪਤਲੇ ਕਾਠਾਂ ਦੇ ਵਿੱਚ, ਸਿੰਘਾਂ ਦੀ ਡਿਜ਼ਾਇਨਿੰਗ ਇੱਕੋ ਜਿਹੀ ਬਰਾਬਰ ਮਾਸ਼ਾਅੱਲਾ ਦੋਵਾਂ ਸਿੰਘਾਂ ਦਾ ਡਿਜ਼ਾਇਨ ਹੈ। ਬੂਥੀ ਚੰਗੀ ਕਵਾਂ ਮੱਝ ਨੂੰ ਬਿਲਕੁਲ ਇੱਕ ਇੰਚੀ ਵੀ ਨਹੀਂ ਤੋੜ ਸਿੱਧੀ ਪੱਧਰੀ ਕੰਡੇ ਮੱਝ ਨੂੰ ਗਾਡਰ ਵਰਗੀ ਮਾਸ਼ਾਅੱਲਾ ਔਰ ਮੋਢੇ ਵਿੱਚ ਠੱਪੇ ਹੋਏ ਨੇ, ਪੈਰ ਤੀਰ ਸਿੱਧੇ ਦੁਰਿਆਂ ਵਰਗੇ ਮੁੰਨਿਆਂ ਵਰਗੇ। ਮੱਝ ਨੂੰ ਮਾਸ਼ਾਅੱਲਾ ਕੱਦ ਚੰਗੇ ਨੇ। ਇੱਥੇ ਤਸੱਲੀ ਕਰਨੀ ਹੈ, ਕੋੜੀ ਦਾ ਕੋਈ ਇੱਕ ਇੰਚੀ ਦਾ ਪੱਲੂ ਨਹੀਂ, ਚਰਬੀ ਨਹੀਂ, ਕੋੜੀ ਦੇ ਵਿੱਚ ਗੋਸ਼ਤ ਨਹੀਂ। ਦੁਨੀ ਥੱਲੇ ਲੰਮਿਆਂ ਪੈ ਕੇ ਵੀ ਕੈਮਰਾਮੈਨ ਨਜ਼ਰ ਵਗਵਾਏਗਾ ਅਤੇ ਦੁਨੀ ਨਜ਼ਰ ਨਹੀਂ ਆਏਗੀ। ਉਵੇਂ ਸਾਈਡਾਂ ਦੀਆਂ ਵੰਡਾਂ ਵੇਖਣੀਆਂ ਨੇ ਮਾਸ਼ਾਅੱਲਾ ਸਾਈਡਾਂ ਤੋਂ। ਕੈਮਰਾਮੈਨ ਤੁਹਾਨੂੰ ਤਸੱਲੀ ਕਰਵਾਏਗਾ ਥਣਾਂ ਦੀ ਕਿਤਨੀ ਮਾਸ਼ਾਅੱਲਾ ਖੂਬਸੂਰਤੀ ਹੈ। ਕੋਸ਼ਿਸ਼ ਕਰਾਂਗੇ ਬਾਈ ਹੋਰਾਂ ਨੂੰ ਕਿ ਇਵੇਂ ਹੀ ਮੱਝ ਨੂੰ ਬੱਚਾ ਲਾਇਆ ਜਾਵੇ। ਪਹਿਲਾਂ ਤਕਰੀਬਨ ਟੁਰਦੀ ਫਿਰਦੀ ਵਿਖਾਵਾਂਗੇ, ਟੁਰਦੀ ਫਿਰਦੀ ਵਿਖਾਉਣ ਤੋਂ ਬਾਅਦ ਬੱਚਾ ਲਵਾਵਾਂਗੇ। ਮਾਸ਼ਾਅੱਲਾ ਮੱਝ ਨੂੰ ਵੱਖੀ ਵੇਖਣੀ ਹੈ, ਬਿਲਕੁਲ ਵਿੱਚ ਮੁੱਠ ਰੱਖੀਏ। ਇਹ ਤੁਹਾਨੂੰ ਪੂਰੀ ਤਸੱਲੀ ਕਰਵਾਵਾਂਗੇ ਕਿ ਮੁੱਠ ਮਾਸ਼ਾਅੱਲਾ ਪੂਰੀ ਵੱਖੀ ਦੇ ਵਿੱਚ ਨਹੀਂ ਰੱਖੀਂਦੀ ਅਤੇ ਵੱਖੀ ਲੁੱਕ ਜਾਂਦੀ ਹੈ। ਮੱਝ ਨੂੰ ਇੱਕੋ ਰੰਗ ਹੈ ਸ਼ਾਹ ਕਾਲਾ, ਬਿਲਕੁਲ ਇੱਕ ਰੰਗ ਸ਼ਾਹ ਕਾਲੀ ਹੈ। ਪਿੱਛਾ ਮੱਝ ਨੂੰ ਮਾਸ਼ਾਅੱਲਾ ਪੂਰਾ ਭਲਵਾਨਾਂ ਵਰਗਾ ਬੜਾ ਕਮਾਲ ਦਾ। ਕੈਮਰਾਮੈਨ ਤਸੱਲੀਆਂ ਕਰਵਾ ਲਵੇ ਫਿਰ ਛੱਡ ਵੀ ਲੈਂਦੇ ਹਾਂ। ਮਾਸ਼ਾਅੱਲਾ ਕਿਆ ਬਾਤ ਹੈ। ਇੱਥੇ ਦੋਸਤੋ ਤਸੱਲੀਆਂ ਕਰ ਲੈਣੀਆਂ ਨੇ, ਮੰਨਣੀਆਂ ਮਾਸ਼ਾਅੱਲਾ ਮੱਝ ਨੇ ਪੰਡਾਂ ਲਾਈਆਂ ਹੋਈਆਂ ਨੇ। ਅਗਾੜੀ ਤੋਂ ਅਗਾਂ ਵੀ ਦੁਨੀ ਤੱਕ ਇਹ ਨਹੀਂ ਕਿ ਪਿੱਛੋਂ ਆਵੇ ਅਤੇ ਅਗਾਂ ਕੁਛ ਨਾ ਆਵੇ।
ਇਹ ਮਾੜਾ ਜਿਹਾ ਨੂੰ ਟੋਰਿਆ ਜਿਵੇਂ ਹੀ ਜਾਣ ਦਿਓ, ਛੱਡ ਦਿਓ ਆਪੇ ਮੱਝ ਨੂੰ ਜਾਣ ਦਿਓ। ਮਾਸ਼ਾ ਅੱਲਾ ਅਸੀਂ ਦੋਸਤੋ ਤੁਰਦੀ ਫਿਰਦੀ ਨੂੰ ਨਜ਼ਰ ਮਾਰ ਲੈਣੀ ਹੈ ਕਿ ਮੱਝ ਮਾਸ਼ਾ ਅੱਲਾ ਥੱਲੋਂ ਮੇਲੇ ਲਾਈ ਫਿਰਦੀ ਹੈ। ਕਿਆ ਬਾਤ ਹੈ, ਮਾਸ਼ਾ ਅੱਲਾ। ਲਓ ਜੀ ਸੁਭਾਸ਼ ਭਾਈ ਆਣ ਦਿਓ ਜੀ ਪਿਛਾਂ। ਖੈਰ ਹੋਈ ਪੁੱਤਰਾ, ਪਿੱਛੇ ਦੋਸਤੋ ਸਲੀਆਂ ਕਰ ਲੈਣੀਆਂ ਨੇ ਕੈਮਰੇ ਵਾਲਾ, ਕਮ ਅਸ ਕਮ ਮਾਈ ਤੋਂ 10 ਕਦਮ ਦੇ ਫਾਸਲੇ 'ਤੇ, ਤਾਂ ਕਿ ਦੋਸਤਾਂ ਨੂੰ ਲੰਬਾਈ ਦੀ ਔਰ ਕੱਦ ਦੀ ਔਰ ਗੱਲਬਾਤ ਦੀ ਸਮਝ ਆ ਜਾਏ, ਕਿਸੇ ਚੀਜ਼ ਦਾ ਸ਼ੱਕ ਸ਼ੁਬਾ ਨਾ ਰਹਿ ਜਾਏ। ਮਾਸ਼ਾ ਅੱਲਾ ਇਵੇਂ ਜੀ ਉੱਤੋਂ ਦੀ ਲਿਆ ਕੇ ਮੋੜ ਕੇ ਮੱਝ ਨੂੰ ਪੈੜਾ ਪਾਓ ਜੀ, ਅਤੇ ਬੱਚਾ ਲਾਓ ਮੇਰਾ ਖਿਆਲ ਹੈ, ਚੁਆਈ ਵੀ ਕਰ ਲਈਏ। ਮਾਸ਼ਾ ਅੱਲਾ ਦੋਸਤੋ। ਅੱਛਾ ਬਾਈ ਸੁਭਾਸ਼, ਮਾਈ ਡੋਕੇ ਲਾਈ ਫਿਰਦੀ ਹੈ ਥਣਾਂ ਦੇ ਵਿੱਚ, ਇਹ ਡੈਮ ਦੀ ਲੇਟ ਸਵੇਰ ਦੀ ਵਜ੍ਹਾ ਤੋਂ ਇਹ ਅੱਗੀ ਮਸਲਾ ਬਣਿਆ। ਮੱਝ ਨਵਾਈ ਹੈ ਅਤੇ ਮੱਝ ਬੱਚੇ 'ਤੇ ਖੜੀ ਰਹੀ ਹੈ ਤਾਂ ਕਰਕੇ। ਅੱਛਾ ਅੱਛਾ, ਮੱਝ ਨੂੰ ਸੂਈ ਨੂੰ ਕਿਨਵਾ ਦੇਣੇ? ਚੌਥਾ ਦੇਣੇ, ਸਹੀ ਹੈ। ਚਲੋ ਤਾਜ਼ੀ ਸੂਈ, ਬੱਚਾ ਤਾਜ਼ਾ, ਚਾਰਾਂ ਦਾ ਜਾਂ ਪੰਜਾਂ ਦਾ ਛਿਆਂ ਦਾ, ਦਸਾਂ ਪੰਦਰਾਂ ਦਿਨਾਂ ਤੱਕ ਮਾਈ ਤਾਜ਼ੀ ਗਿਣੀ ਜਾਂਦੀ ਹੈ। ਦੋਸਤੋ ਕੈਮਰੇ ਦੀ ਨਿਗਾਹ ਤੋਂ ਕੋਈ ਚੀਜ਼ ਹੋਲੇ ਨਹੀਂ ਹੋਏਗੀ, ਬਿਲਕੁਲ ਕੈਮਰੇ ਦੀ ਨਜ਼ਰ ਗਹਿਰੀ ਹੋਏਗੀ ਇਨਸ਼ਾਅੱਲਾ, ਚੁਆਈ ਵੀ ਤੁਹਾਨੂੰ ਤਸੱਲੀ ਬਖਸ਼ ਵਿਖਾਈ ਜਾਏਗੀ, ਔਰ ਦੁੱਧ ਜਿਹੜਾ ਦੱਸਿਆ ਜਾਏਗਾ ਉਹ ਕਿਸੇ ਦੋਸਤ ਦਾ ਦਿਲ ਹੋਵੇ 10 ਵਾਰੀ ਚੋਣ ਦਾ, ਅਤੇ ਇਨਸ਼ਾਅੱਲਾ 10 ਵਾਰੀ ਵੀ ਚੁਆਵਾਂਗੇ ਔਰ ਉਹੀ ਦਸਵਾਵਾਂਗੇ ਕਿ ਜੋ ਹੋਏਗਾ ਜੈਨੂਇਨ ਇਨਸ਼ਾਅੱਲਾ। ਪਾਕ ਵਤਨ ਪੰਜਾਬ ਟੀਵੀ ਦਾ ਇੱਕ ਆਪਣਾ ਹੀ ਨਾਮ ਹੈ, ਆਪਣਾ ਹੀ ਮਿਆਰ ਹੈ, ਕੋਈ ਦੋ ਨੰਬਰੀ ਵਾਲੀ ਗੱਲ 1% ਨਹੀਂ ਹੁੰਦੀ, ਨਾ ਹੀ ਹੋਈ ਹੈ ਨਾ ਹੀ ਹੋਏਗੀ। ਰੇਟ ਇਨਸ਼ਾਅੱਲਾ ਦੋਸਤੋ ਬਿਲਕੁਲ ਮੁਨਾਸਿਬ ਹੋਣੇ ਨੇ। ਪਾਣੀ ਫੜਾਓ ਬਾਈ, ਬਰਾਬਰ ਮੂੰਹ ਲਵਾਉਣੇ ਨੇ ਸੁਭਾਸ਼ ਭਾਈ। ਕੱਟੀ ਪਈ ਇੱਥੇ, ਮੈਂ ਅੱਗੇ ਨੇੜੇ ਹੀ ਬੰਨੂ। ਦਾਰ ਦਾਰ ਤੂੰ ਮਾਰੀਆਂ ਮੁੜ, ਅਸੀਂ ਆਪਦਾ ਟੈਸਟ ਲੈ ਲਈ ਸੈ। ਬਾਲਟੀ ਖਾਲੀ? ਹਾਂਜੀ ਖਾਲੀ। ਠੀਕ ਹੈ ਜੀ, ਨਹੀਂ ਨਹੀਂ ਵੇਖੀਏ ਬਾਲਟੀ ਵੇਖੀਏ, ਕੈਮਰੇ ਦੇ ਵਿੱਚ ਵੀ ਵਿਖਾ ਲਈ। ਚੋ ਚੋ ਦਰ ਦਰ ਮਾਰ, ਮੈਂ ਵੀ ਚੋਣਾ।
ਸਾਈਡ ਦੇ ਵੈਜ ਕਰਾਂ ਕੈਮਰਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਜਿੱਥੇ ਮਾਈ ਦੀ ਚੁਆਈ ਫੈਂਦੀ ਆਉਣੀ ਚਾਹੀਦੀ ਪੇਪਰ ਦੇ ਕੇ ਮੇਰੀ ਇਸ ਸਾਈਡ 'ਤੇ ਹੋਇਆ ਇੱਧਰੋਂ ਥੋੜ੍ਹੇ ਨਜ਼ਦੀਕ ਥਾਣ ਰੱਖਣਾ ਕੈਮਰਾ ਨਜ਼ਦੀਕ ਅੱਗੇ ਹੋਇਆ ਦੋਸਤੋ ਚੁਆ ਮਾਸ਼ਾਅੱਲਾ ਇੰਝ ਦਾ ਪਿਆਰਾ ਹੈ ਥੱਲੇ ਬੈਠ ਜਾ ਕੈਮਰਾ ਮੈਨੂੰ ਬੈਠ ਜਾ ਚੁਆਈ ਫੈਮਲੀ ਕਲੀਅਰ ਆ ਰਹੀ ਦੋਸਤਾਂ ਦਾ ਹੁਕਮ ਹੋਵੇ ਕਿ ਚੁਆਈ ਬੋਤਲ 'ਚ ਹੋਣੀ ਚਾਹੀਦੀ ਅਤੇ ਇਨਸ਼ਾਅੱਲਾ ਦੋਵਾਂ ਥਾਣਾਂ ਦੀ ਚੁਆਈ ਬੋਤਲ ਦੇ ਵਿੱਚ ਵੀ ਕਰਕੇ ਵਿਖਾ ਸਕਦੇ ਹਾਂ ਚੌਥਾ ਦਿਨ ਅੱਜ ਮੈਂ ਅਨਸੂਈ ਨੂੰ ਆਇਆ ਗਾੜੀ ਵੀ ਖਾਵੀ ਮੇਰੀ ਦੀ ਗਾੜੀ 100 ਚ ਕਿਸੇ ਇੱਕ ਦੀ ਹੋਵੇ ਤੇ ਤਾਂ ਤਾਂ ਮਤਲਬ ਇਹ ਆਖੀ ਇੱਕ ਬਈ ਅੱਲਾ ਦੋ ਕੰਮ ਨਾਲ ਇਹਨੇ ਅੱਛਾ ਹਾਂ ਯਾਰ ਹੋ ਗਈ ਪੁੱਤਰ ਦੋਸਤੋ ਬਾਈ ਸਬਾਜ ਨੇ ਬੜੇ ਮਾਣ ਨਾਲ ਔਰ ਬੜੇ ਫਖਰ ਨਾਲ ਇਹ ਗੱਲ ਕੀਤੀ ਹੈ ਕਿ ਗਾੜੀ ਮਾਝ ਦੀ ਵਿਖਾਇਆ ਲਹਿਰਾ ਚੋ ਕੇ ਔਰ ਗੱਲ ਇਸ ਸ਼ੱਕ ਕੋਈ ਨਹੀਂ ਮਾਸ਼ਾਅੱਲਾ ਕਿ ਗਾੜੀ ਮਾਝ ਨੂੰ ਵਾਕਿਆ ਹੀ ਸਮਾਂ ਚੋਂ ਕਿਸੇ ਇੱਕ ਨੂੰ ਇਸ ਤਰ੍ਹਾਂ ਦੀ ਹੋ ਸਕਦੀ ਹੈ ਔਰ ਕਾਫੀ ਦੋਸਤਾਂ ਦੀਆਂ ਡਿਮਾਂਡਾਂ ਹੁੰਦੀਆਂ ਨੇ ਕਿ ਜਾਫਰ ਬਾਈ ਨਸਲੀ ਤਾਂ ਉਹ ਹੀ ਹੁੰਦੀਆਂ ਨੇ ਸਾਰੀਆਂ ਹੀ ਨਸਲੀ ਹੁੰਦੀਆਂ ਨੇ ਬਾਕੀ ਕੁਝ ਨਸਲਾਂ ਮੁਖਤਲਿਫ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਅਗਾੜੀ ਪਿਛਾੜੀ ਬਰਾਬਰ 'ਚ ਵੀਂਦੀ ਹੈ ਔਰ ਇਹਦਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਰੱਤੀਆਂ ਮਾਸਿਆਂ ਦਾ ਫਰਕ ਨਹੀਂ ਹੋਏਗਾ ਇਹਦੀ ਅਗਾੜੀ ਪਿਛਾੜੀ ਬਰਾਬਰ ਹੋਏਗੀ ਅੱਲਾ ਦੇ ਹੁਕਮ ਨਾਲ ਕੋਸ਼ਿਸ਼ ਤਾਂ ਦੋਸਤੋ ਕਰ ਰਹੇ ਹਾਂ ਕਿ ਲਤਾੜ ਲਤੂੜ ਕੇ ਇਸੇ ਇੱਕੇ ਬਾਲਟੀ 'ਚ ਗਾੜੀ ਚੋ ਲਈਏ ਪਰ ਲੱਗਦਾ ਹੈ ਕਿ ਇੱਕੇ ਬਾਲਟੀ 'ਚ ਗਾੜੀ ਚਵੀਂਦੀ ਨਹੀਂ ਪਈ ਲੈ ਵੀ ਕੈਮਰਾਮੈਨ ਹੁਣ ਤੂੰ ਉੱਥੇ ਹੋ ਜਾਣਾ ਕਿ ਜਿੱਥੇ ਇਹ ਦੁੱਧ ਵੀ ਕੈਮਰੇ 'ਚ ਨਜ਼ਰ ਦੇ ਵਿੱਚ ਰਹਿਣਾ ਚਾਹੀਦਾ ਹੈ ਪਿੱਛੇ ਇਵੇਂ ਬੈਠ ਜਾ ਇਹ ਵੀ ਤਸੱਲੀ ਕਰਵਾਉਣੀ ਪਿੱਛੇ ਹਟ ਕੇ ਬੈਠ ਜਾ ਬਿਸਮਿਲ੍ਲਾਹ ਇੱਥੇ ਗੱਲਾਂ ਨਾਲ ਨਹੀਂ ਦੋਸਤੋ ਇਹ ਗਰਜ ਆਉਣੀ ਹੈ ਕਿ ਜਿਵੇਂ ਬੱਦਲ ਮਾਸ਼ਾਅੱਲਾ ਗਰਜਦਾ ਹੈ ਚੁਆਈ ਦੀ ਆਵਾਜ਼ ਦੋਸਤਾਂ ਨੂੰ ਬੜੀ ਸੁਨੀਜਰੀ ਹੋਣੀ ਕੈਮਰੇ ਦੇ ਵਿੱਚ ਵੀ ਔਰ ਇਨਸ਼ਾਅੱਲਾ ਚੱਕ ਦੇ ਜਿਹੜੀ ਆਖਰੀ ਨੁੱਕਰ 'ਤੇ ਕਰ ਰਹੇ ਉੱਥੇ ਤੱਕ ਆਵਾਜ਼ ਅੱਲਾ ਦੇ ਹੁਕਮ ਨਾਲ ਜਾ ਰਹੀ ਨਹੀਂ ਕਿ ਮੱਝ ਚੁੰਦੀ ਪਈ ਹੈ
ਮਾਫੀ ਦੋਸਤੋ, ਅਗਾੜੀ ਘੜੀ ਦਾ ਦੁੱਧ ਹੈ, ਪਿਛਲੇ ਥਾਣ ਵਾਲੇ ਹੱਥ ਵੀ ਨਹੀਂ ਲਾਇਆ, ਡੁੱਲ ਜਾਣਾ। ਪਸਮਾਨ ਦੋਸਤੋ ਬਿਲਕੁਲ ਕਿੱਲੇ ਠੋ ਕੇ ਲੋਹੇ ਤੋੜ ਪਸਮਾਏ, ਮਾਸ਼ਾਲਾ ਬੜਾ ਠੁਕਮ। ਇਹ ਨਹੀਂ ਸੋਚਣਾ, ਇਹ ਤਸੱਲੀ ਕਰ ਲੈਣੀ ਹੈ। ਡਰ ਹੋ ਸਕਦਾ ਕਿ ਕੈਮਰੇ ਦੀ ਨਿਗਾਹ ਦੇ ਵਿੱਚ ਜ਼ਰਾ ਹਲਕੀ ਲੱਗਦੀ ਪਈ ਹੋਵੇ, ਪਰ ਮਾਸ਼ਾਅੱਲਾ ਚਲਦੀ ਹੈ ਕਿ ਜਿਵੇਂ ਚਾਰ ਦੀ ਨਾਲ ਚਲਦੀ ਮਾਸ਼ਾਅੱਲਾ। ਐ ਨਾ ਯਾਰ, ਮੱਖੀ ਨੂੰ ਕਿਤੇ ਮਾੜਾ ਜਿਹਾ ਉਡਾਓ, ਮਾਈ ਨੂੰ ਮੱਖੀ ਬੜਾ ਤੰਗ ਕੀਤੀ ਖੜੀ, ਕੱਪੜਾ ਕੁਪੜਾ ਕੋ ਜਿਹੜਾ ਨਾ। ਮਾਈ ਦੇ ਪੈਰਾਂ ਪੂਰਾਂ 'ਤੇ, ਅਗਲੇ ਪੈਰਾਂ 'ਤੇ ਆਪਸ ਮਾਰ। ਛੱਡੀ ਨੂੰ ਬਾਹਰ ਦਿਨ ਹੋਏ ਖੜੇ ਨੇ, ਅੱਜ ਤੇਰੀ ਮੱਝ ਅਸ਼ ਬੈਠ ਬੈਠੇ ਹਾਂ, ਉਹ ਵੀ ਜਿਹੜਾ ਤੂੰ ਕਾਬੜ ਚੜਾਈ ਹੈ, ਕਿ ਬਈ ਮੇਰੀ ਮੱਝ ਇਕੱਲਾ ਬੰਦਾ ਚੋ ਕੇ ਉੱਠਦਾ ਕੋਈ ਨਹੀਂ। ਅੱਲਾ ਦੇ ਹੁਕਮ ਨਾਲ ਨਾ ਚੋਸ, ਬੱਚਿਆਂ ਨੂੰ ਕਿੰਨਾ ਛੱਡਣਾ? ਬੱਚਿਆਂ ਤੋਂ ਚੋ ਜੀ, ਬੱਚਿਆਂ ਨੂੰ ਬੜਾ। ਅੱਛਾ, ਵਾਧੂ ਖੜਾ ਲੈ, ਵਾਧੂ ਅੱਲਾ ਦੇ ਹੁਕਮ।
ਰੱਖ ਲੈ ਪੈਰ ਮਾਸ਼ਾਅੱਲ੍ਹਾ ਸਾਡੇ ਹਿਸਾਬ ਨਾਲ ਬੱਚੇ ਜੋ ਰਹਿ ਗਏ ਆ ਵੇਖ ਲੈ ਕੋਈ ਦਰ ਦਰ ਮੰਨਣ ਵਾਲੀ ਤੁਹਾਡਾ ਹੁਕਮ ਹੋਵੇ ਮੈਂ ਸਾਰੀ ਚੋਸ ਹਾਂ ਬੱਚੇ ਨੂੰ ਨਹੀਂ ਛੱਡਣਾ ਤੂੰ ਤਾਂ ਆਪ ਤਾਂ ਛੱਡ ਦੇ ਤਾਂ ਲੈ ਸਾਰੀ ਮੈਂ ਚੋਣ ਹਾਂ ਵੇਖ ਲੈ ਅਸੀਂ ਤੁਹਾਡੇ ਸਾਹਿਬ ਨੂੰ ਲੀਟਰ ਦਿਹਾੜੀ ਛੱਡਿਆ ਮਾਸ਼ਾਅੱਲ੍ਹਾ ਦੋਸਤੋ ਵਾਹਨੇ ਦਾ ਜਾੜ ਮੱਝ ਦਾ ਇੰਝ ਦਾ ਹੈ ਇੰਝ ਨਿਚੜ ਗਈ ਮਾਸ਼ਾਅੱਲ੍ਹਾ ਜਿਵੇਂ ਨਿੰਬੂ ਨਿਚੜਦਾ ਇੰਝ ਲੱਗਦਾ ਕਿ ਵੀ ਜਿਵੇਂ ਮੱਝ ਬਾਖੜੀ ਹੇਣ ਹੋਏ ਥੱਲੇ ਲੇਵਾ ਹੀ ਕੋਈ ਨਹੀਂ ਇਹ ਦੋਸਤੋ ਹੁੰਦਾ ਜੀ ਨਿੰਬੂ ਕਾਗਜ਼ੀ ਮਾਸ਼ਾਅੱਲ੍ਹਾ ਵਾਹਨੇ ਦੇ ਵਿੱਚ ਕੋਈ ਗੋਸ਼ਤ ਨਹੀਂ ਚਰਬੀ ਨਹੀਂ ਬਸ ਦਫ਼ਾ ਮੱਝਾਂ ਨੇ ਕੱਚਰ ਲਾਏ ਹੋਏ ਹੁੰਦੇ ਨੇ 50 ਸਿਰਾ ਵਾਹਨਾ ਹੁੰਦਾ ਹੈ ਅਤੇ 2 ਲੀਟਰ ਦੁੱਧ ਹੁੰਦਾ ਇਹ ਮਾਸ਼ਾਅੱਲ੍ਹਾ ਜਿੰਨਾ ਹੀ ਵਾਹਨਾ ਹੈ ਉਨਾ ਹੀ ਦੁੱਧ ਦੇ ਜੋ ਦਿਸਦਾ ਸੀ ਉਹਦੇ ਤੋਂ ਮਾਸ਼ਾਅੱਲ੍ਹਾ ਡਬਲ ਹੈ ਅੱਲ੍ਹਾ ਦੀ ਮਿਹਰਬਾਨੀ ਨਾਲ ਮੱਝ ਪੂਰੀ ਕਾਗਜ਼ੀ ਪੂਰੀ ਵਲੈਤੀ ਮੱਝ ਇਹਨੂੰ ਆਖਿਆ ਜਾਂਦਾ ਮਾਸ਼ਾਅੱਲ੍ਹਾ ਪੂਰੀ ਵਲੈਤੀ ਮੱਝ ਬਕਾਇਆ ਰਹਿ ਗਈ ਗੱਲ ਆਹ ਚਰਬੀ ਵਾਲੇ ਵਿੱਚ ਵੀ ਖਾ ਵੀਡੀਓ ਕੋਈ ਵੀ ਬੰਦਾ ਬਣਾਉਂਦਾ ਹੈ ਕੋਈ ਟਾਈਮ ਦਾ ਵਾਧਾ ਘਾਟਾ 19-20 ਘੰਟੇ 2 ਦਾ ਆਉਂਦਾ ਵਾਂਦਾ ਹੀ ਹੈ ਠੀਕ ਹੈ ਪਰ ਇੰਝ ਬਾਲਟੇ ਇਹ ਜਿਹੀਆਂ ਮੱਝਾਂ ਭਰ ਸਕਦੀਆਂ ਨੇ ਉਹ ਕਚਰਾਂ ਵਾਲੀਆਂ
ਜਾਂ ਕ੍ਰਾਸ ਮੱਝਾਂ ਜਾਂ ਮਿਕਸ ਮੱਝਾਂ ਚੱਡਾ ਵਿਖਾ ਨੀਲੀ ਦੀ ਜੁੱਤੀ ਵੀ ਨਹੀਂ ਪਹੁੰਚਦੀਆਂ ਮਾਸ਼ਾਅੱਲਾ ਆ ਭਾਈ ਪਾ ਜਾਣਾ ਆਓ ਜੀ ਮੁੱਕਦੀਆਂ ਕਰ ਲਈਏ ਅੱਛਾ ਅਸਲਾਮ ਵਾਲੇਕੁਮ ਕੀ ਹਾਲ ਚਾਲ ਏ ਖੈਰ ਖਰੀਏ ਤੇ ਅੱਛਾ ਗੱਲਾਂ ਬਿਲਕੁਲ ਇੰਜ ਨਾ ਜਿਵੇਂ ਦੋ ਦਲੀਆਂ ਨਿਕਲੀਆਂ ਨੇ ਇੰਜ ਇੱਕ ਤੋਂ ਸ਼ੁਰੂ ਕਰਨੀਆਂ ਨੇ ਤੇ ਦੋ ਅਰਫੀਆਂ ਜਿਹੜੀਆਂ ਨੇ ਉਹਨੇ ਮੁੱਖ ਸਰਦੀਆਂ ਹੋਣ ਕਿ ਮਾਈ ਸੁਆ ਕਿਨਵੇਂ ਦੂਜਣ ਮੱਝ ਨਾ ਹੋਵੇ ਕਿਸੇ ਦੋਸਤ ਦਾ ਦਿਲ ਹੋਵੇ ਤੇ ਉਹ ਆਖੇ ਵੀ ਮੈਂ ਮੱਝ ਤੀਜਣ ਸਾਬਿਤ ਕਰਨਾ ਤੇ ਉਹਨੂੰ ਮੱਝ ਮੁਫਤ ਇਨਾਮ ਹੀ ਦਿਸੇ ਕੋਈ ਤਕਰਾਰ ਨਹੀਂ ਕਰਦੇ ਲਾਲਚ ਕੀਤੇ ਕਿਸੇ ਕਿਸਮ ਦਾ ਮੱਝ ਵਿਕੇ ਨਾ ਵਿਕੇ ਗੱਲਾਂ ਅਸੀਂ ਖਰੀਆਂ ਕਰਾਣੀਆਂ ਹੁੰਦੀਆਂ ਨੇ ਅਗਲੇ ਕੋਲੋਂ ਇਹ ਨੀ ਅਸੀਂ ਆਖਿਆ ਕਿ ਦਸ ਹਜ਼ਾਰ ਸਾਡੇ ਹੀ ਇਸ ਗੱਲ ਦਾ ਇੰਜ ਕੂੜ ਮਾਰੀ 12-14 ਦੱਸ ਦੇ ਤੇ 4 ਮੰਗਦਾ ਪਿਆ ਤੇ 5 ਮੰਗ ਲਈ ਦੋਸਤੋ 5-10 ਦਿਨਾਂ ਦੀ ਮਾਈ ਸੂਈ ਦੂਸਰਾ ਵਾਰਾ ਥੱਲੇ ਕੱਟੀ ਦਰਿਆ ਦੀ ਮਾਈ ਨਾ ਹੋਵੇ ਨੀਲੀ ਦੀ ਨਾ ਹੋਵੇ ਇਸ ਚੀਜ਼ ਦੀਆਂ ਗਰੰਟੀਆਂ ਨੇ ਵੀਡੀਓ ਲੰਬੀ ਹੋ ਗਈ ਉਸ ਚੀਜ਼ ਦੀ ਮਦਦ ਤੇ ਤੁਹਾਡਾ ਦਿਲ ਰਾਜ਼ੀ ਨਾ ਹੋਵੇ ਮਾਈ ਦਾ ਦੁੱਧ ਵੇਖ ਕੇ ਮਾਈ ਦੀ ਨਸਲ ਵੇਖ ਕੇ ਜ਼ਾਤ ਵੇਖ ਕੇ ਅਸੀਂ ਬਿਲਕੁਲ ਤਾਬੇਦਾਰ ਹੈ ਤੇ ਮੁੱਲ ਜਿਹੜਾ ਇੰਜ ਦਾ ਕਰਵਾਉਣਾ ਕਿ ਤੁਹਾਡਾ ਮਜ਼ੀਦ ਇਨਸ਼ਾਅੱਲਾ ਕਲੇਜਾ ਠਰ ਜਾਏਗਾ ਜਿੱਥੇ ਖਾਬ ਸਮਾਜ ਬਜਦੇ ਨੇ ਉੱਥੇ ਨਹੀਂ ਰਹਿਣ ਦੇਣੇ ਉਹਦੇ ਖਾਬਾਂ ਤੋਂ ਪਿੱਛੇ ਹਟਾ ਕੇ ਜਿਹੜੀਆਂ ਗੱਲਾਂ ਚੈਨਮਨ ਨੇ ਉਹ ਕਰਾਵਾਂਗੇ ਅੱਛਾ ਸਮਾਜ ਭਾਈ ਬਿਲਕੁਲ ਜਿਹੜੇ ਉੱਚੇ ਲੰਬੇ ਜਿਹੜੇ ਖਾਬ ਸਾਨੂੰ ਦੱਸੇ ਨੇ ਜ਼ਬਾਨੀ ਕਲਾਮੀ ਉਹ ਨਹੀਂ ਦੱਸਣੇ ਇਹ ਵੀਡੀਓ ਇੰਟਰਨੈਸ਼ਨਲ ਲੈਵਲ 'ਤੇ ਚੱਲਣੀ ਹੈ ਦੋਸਤਾਂ ਨੇ ਵੇਖਣੀ ਹੈ ਤੇ ਗੱਲਾਂ ਮੁੱਖ ਸਰ ਜੀ ਐਵੇਂ ਫਾਈਨਲ ਕਿ ਵੀ ਇਸ ਗੱਡ ਮੈਂ ਅੱਜ ਵੇਚਣੀ ਕੋਈ ਨਹੀਂ ਬਸ ਇੱਕੇ ਵਾਰੀ ਦੱਸ ਦੇਵੇ 4 ਲੱਖ ਰੁਪਈਆ ਸਾਢੇ 4 ਲੱਖ ਰੁਪਈਆ ਚਲੋ ਸ਼ੁਕਰ ਹੋਇਆ ਕਿ ਵੀ 5 ਵਾਲੀਆਂ ਗੱਲਾਂ ਤੁਹਾਡੀਆਂ ਅਤੇ ਇਹਦੇ ਵਿੱਚ ਵੀ ਸਾਡੀ ਇੱਕ ਰਿਕੁਐਸਟ ਹੈ ਕਿ ਜਿਹੜਾ ਮੰਗ ਲਿਆ ਇਹਦੇ ਵਿੱਚ ਵੀ ਸਾਡੀ ਰਿਕੁਐਸਟ ਦੇ ਮੁਤਾਬਕ ਕੋਈ ਮੁਹੱਬਤ ਕਰ ਮੁਹੱਬਤ ਬ੍ਰਾਹਮਣ ਵਾਲੀ ਹੋਵੇ ਇਹ ਨਾ ਹੋਵੇ ਇਹ ਦੋਸਤੋ ਮੁਹੱਬਤ ਬ੍ਰਾਹਮਣ ਵਾਲੀ ਕਰਾਉਂਦੇ ਪਏ ਮਨੀ ਕਰਾਉਣੀ ਕਰਾਉਂਦੇ ਪਏ ਕਿਸੇ ਦੋਸਤ ਦੀ ਗੱਲ ਆਵੇ ਨਾ ਸਮਝ ਕਿ ਵੀ ਇਹ ਨਾਟਕ ਹੈ ਉਹ ਵੀ ਸ਼ਬਦ ਸਾਡੀ ਵੀਡੀਓ ਨਾ ਵੇਖੇ ਤਾਂ ਨਾ ਹੀ ਸਾਨੂੰ ਫੋਨ ਕਰੇ ਅਸੀਂ ਜੈਨੂਅਨ ਤੇ ਖਰਾ ਕੰਮ ਕਰਨੇ ਤੇ ਖਰੀਆਂ ਗੱਲਾਂ ਕਰ ਲੈ ਕੇ ਦਿੰਦੇ ਹਾਂ ਦੋਸਤਾਂ ਨੂੰ ਇਹਦੇ ਵਿੱਚ ਮੁਹੱਬਤ ਇਮਾਨੀ ਕੁਰਾਨੀ ਹੋਰ ਵੀ ਕਰਵਾਉਣੀ ਹੈ ਜਿਹੜੀ ਮੁਹੱਬਤ ਸਾਡੇ ਲਈ ਹੈ ਸਾਡੇ ਪੰਨ ਦੇ ਮੁਤਾਬਕ ਉਹ ਦੱਸੋ ਇੱਕੋ ਮੁੱਲ ਕਰਨਾ ਹੈ ਇੱਕੋ ਮੁੱਲ ਕਰਦੇ ਮੁਹੱਬਤ ਕਰਦੇ ਜਿਹੜੀ 25,000 ਦੀ ਮੈਂ ਦੇ ਇਹਦੇ ਵਿੱਚ 24 ਵੀ ਨਹੀਂ ਹੋਣਾ ਨਹੀਂ ਹੋਣਾ 24 ਹੋਏ ਤਾਂ ਫੋਨ ਨਾ ਕਰੀਏ ਨਾ ਕਰੀਏ ਦੋਸਤੋ ਜਿਹਨੂੰ ਮੱਝ 4 ਲੱਖ ਤੇ 25,000 ਦੀ ਚੰਗੀ ਲੱਗੇ ਉਹ ਸਾਨੂੰ ਰਾਬਤਾ ਕਰ ਲਵੇ ਜਿਹਨੂੰ 24 ਦੀ ਵੀ ਚੰਗੀ ਲੱਗੇ ਗੰਗਾਦ ਉੱਤੇ ਬਹਿ ਤੇ 24 ਉਹ ਵੀ ਆ ਪਤਾ ਕਿੰਨੇ ਦੁੱਧ ਦੀ ਗਰੰਟੀ ਹੋਸੀ ਇਹਦੇ 16 ਲੀਟਰ ਦੁੱਧ ਹੈ 16 ਲੀਟਰ ਦੁੱਧ ਹੋਏਗਾ ਉੱਤੇ ਆਪਣੀ ਗਰੰਟੀ 16 ਲੀਟਰ ਦੀ 16 ਤੋਂ ਦੋਸਤੋ 16 ਵੇ ਅਸੀਂ ਤਾਬੇਦਾਰ ਹੈ 4 ਲੱਖ ਤੇ 24 ਦੀ ਸਮਝ ਚਾਹੇ ਤਾਂ ਕਾਲ ਨਹੀਂ ਕਰਨੀ ਨੰਬਰ 0300 ਪੂਰਾ 3392728 ਮਾਈ ਦੇਵਾਨੇ ਦਾ ਜਾੜ ਖਾਣਾ ਕੈਮਰਾਮੈਨ ਇਹ ਦੁੱਧ ਹੈ ਤਕਰੀਬਨ ਮਾਸ਼ਾਅੱਲਾ 8 ਤੋਂ ਕਿਧਰੇ ਜ਼ਿਆਦਾ ਹੈ ਉਹ ਇੰਜ ਲਾ ਲਓ ਕਿ ਚਲੋ ਕੋਈ ਟਾਈਮ ਦੇ ਵਿੱਚ ਥੋੜ੍ਹਾ ਬਹੁਤਾ ਵਾਧਾ ਘਾਟਾ ਹੋ ਜਾਂਦਾ ਕੋਈ ਆਉਂਦਿਆਂ ਜਾਂਦਿਆਂ ਲੇਟ ਸਵੇਟ ਹੋ ਜਾਂਦੀ ਹੈ ਉਮੀਦ ਹੈ ਵੀਡੀਓ ਪਸੰਦ ਆ ਸੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਔਰ ਮੁਹੱਬਤ ਨਾਲ ਕਮੈਂਟ ਲਾਜ਼ਮੀ ਕਰਨੇ ਨੇ ਮਾਈ ਦਾ ਕਿਰਪਾੜਾ ਕਟੋਣਾ ਮਾਸ਼ਾਅੱਲਾ ਦੋਸਤੋ ਇੰਜ ਦੇ ਮਾਸ਼ਾਅੱਲਾ ਤੋਹਫੇ ਤੁਹਾਨੂੰ ਪਾਕ ਵਤਨ ਪੰਜਾਬ ਟੀਵੀ ਤੋਂ ਇਲਾਵਾ ਕਿਧਰੇ ਨਹੀਂ ਮਿਲਣੇ ਇੱਥੇ ਤਸੱਲੀਆਂ ਕਰ ਲੈਣੀਆਂ ਨੇ ਅਤੇ ਮਾਸ਼ਾਅੱਲਾ ਮੱਝ ਵਾਨਿਆਂ ਦਾ ਜਾੜ ਸੁੱਟ ਜਾਣ ਕਿੰਝ ਕਰ ਗਈ ਹੈ ਔਰ ਮੱਝ ਨੂੰ ਰੋਜ਼ੀ ਵੇਲੇ ਤੁੜੀ ਉਵੇਂ ਕੋਈ ਨਹੀਂ ਪੀ ਲੱਭਦੀ ਕਿ ਹਟਾਇਆ ਹਟਦੀ ਵੀ ਨਹੀਂ ਖੁਰਲੀ ਤੂੰ ਮਾਸ਼ਾਅੱਲਾ ਇਹ ਇੱਕੇ ਗੱਲ ਹੈ ਦੋਸਤਾਂ ਦਾ ਦਿਲ ਰਾਜ਼ੀ ਰਹਿਣਾ ਵੀਡੀਓ ਲੰਬੀ ਵੇਖ ਕੇ ਬਰਦਾਸ਼ਤ ਹੋਣੀ ਹੈ
ਕਿ ਜਿਹੜਾ ਮਾਸ਼ਾਅੱਲਾ ਮੱਝ ਕਮਾਲ ਦੀ ਦੁੱਧਾਂ ਦੀ ਨਹਿਰ ਅਤੇ ਰੇਟ ਫਕਤ 4,25,000 ਸਾਨੂੰ ਦੀ ਇਜਾਜ਼ਤ ਨਵੀਂ ਅੱਛੀ ਅਤੇ ਬਿਹਤਰੀਨ ਵੀਡੀਓ ਲੈ ਕੇ ਆਵਾਂਗੇ। ਹਾਜ਼ਰ ਲਾਫਿਜ਼ ਪਾਕਿਸਤਾਨ ਜ਼ਿੰਦਾਬਾਦ।